जिला चनौत के गांव चाबाग वाला गड़त मोहम्मद शरीफ के किसान मोहम्मद इसहाक वल्द सलाबत ने अपनी फसल 17 एकड़ मकई में जड़ी बूटियों के खात्मे के लिए गल्ला मंडी चनौत में डीलर जफर से मल्टीनेशनल दवाई मांगी। तब डीलर जफर के पास बैठे हुए हाईलैंड जराई कंपनी के सेल्स ऑफिसर मौलवी समर खोखर ने 12 किलो नाकस फुल कंट्रोल हाईलैंड कंपनी का 17 एकड़ पर स्प्रे करने के लिए दिया और एक हफ्ते के अंदर मकई चलना शुरू हो गई। डीलर जफर ने मौलवी समर खोखर के हमरा मकई चेक करने के बाद 2 किलो सल्फर फी एकड़ फ्लड करवाया और गरीब किसान की 17 एकड़ मकई चल कर राख हो गई और किसान के साथ अपनी नाकस दवाई के होने वाले नुकसान की रकम अदा करने का वादा किया। अब 2 माह बाद नुकसान मांगा। तब डीलर जफर और मौलवी समर खोखर दोनों सास पास होकर धमकियां देने लगे। मजलूम किसान मोहम्मद साहब की आला सरान से मदद की अपील है। जी, मैं इस वक्त मौजूद हूँ मामदी शरीफ के एरिया में। तो यहाँ पे फार्मर ने कुछ पेस्टिसाइड दवाई इस्तेमाल की है जड़ी बूटी के लिए, तो मजीद इनसे पूछते हैं कहाँ से लेकर आया है वो दवाई। दवाई लेंदी है गल्ला मंडी चू, ठीक है, जफर नाम का एक डीलर हूँ कोलो। दुकान का नाम मैंने याद नहीं, मैं दुकान का नाम की चनियोर तू लाई गल्ला मंडी चू। उन्होंने असा कि गंद वड्डा वड्डा है तो इन मारना, उस सन फुल कंट्रोल दी 3-12 पैकेट हो किन्ने एकड़ वास्ते 17.5 एकड़ वास्ते, ठीक है। उस आखिया बया कर दौ तो गंद खत्म हो जाए। स्प्रे किया मकई सड़नी शुरू हो गई, ठीक है। उन्होंने असं दसिया मकई तेरी साड़ी सड़ती पई है तो इन्हें ना कोई कर। उस आखिया बे आ फलानी दवाई लै जाओ तो उत्ते इस्तेमाल करो तो ठीक। मर्द को पता है कि कंपनी काम करता है ਉਹ ਮੇਰੇ ਹਾਈਲੈਂਡ ਹੀ ਕਰਦਾ ਹੈ। ਹਾਈਲੈਂਡ ਮੌਲਵੀ ਸਮਰ, ਮੌਲਵੀ ਸਮਰ ਦਾੜੀ ਵਾਲਾ, ਠੀਕ ਹੈ ਜੀ। ਹਾਂ, ਉਹਨੇ ਫਿਰ ਅੱਗੇ ਨਵੀਂ ਦਵਾਈ ਦੱਸੀ ਵੀ ਇਹ ਇਸਤੇਮਾਲ ਕਰ, ਉਹਨੇ ਨਵੀਂ ਦਵਾਈ ਦੱਸੀ ਕਿ ਇਹ ਇਸਤੇਮਾਲ ਕਰਦੇ ਹੋ। ਉਹ ਤੁਸੀਂ ਕੀਤੀ? ਅਸਾਂ ਉਹ ਵੀ ਇਸਤੇਮਾਲ ਕੀਤੀ। ਉਸ ਤੋਂ ਬਾਅਦ ਕੀ ਮਹਿਸੂਸ ਕੀਤਾ? ਉਹ ਤੋਂ ਬਾਅਦ ਮਹਿਸੂਸ ਇਹ ਹੀ ਕੀਤਾ ਵੀ ਉਹ ਸੜਦੀ ਗਈ ਸਾਰੀ, ਮੱਕੀ ਸੜ ਗਈ, ਮੱਕੀ ਸੜ ਗਈ ਸਾਰੀ। ਉਸ ਤੋਂ ਬਾਅਦ ਕਿ ਉਹਨਾਂ ਨੂੰ ਬੁਲਾਇਆ ਵੀ ਸਾਡੇ ਨਾਲ, ਉਹਨਾਂ ਨੂੰ ਬੁਲਾਇਆ, ਅਸਾਂ ਉਹਨਾਂ ਨੂੰ ਆਖਿਆ ਵੀ ਵੇਖੋ ਤੁਸੀਂ ਜਿਹੜਾ ਵੀ ਹੈ ਨਾ ਸਾਨੂੰ ਤਾਂ ਉਜਾੜ ਕੇ ਰੱਖ ਦਿੱਤਾ ਤੁਸਾਂ, ਠੀਕ ਹੈ। ਉਹਨਾਂ ਆਖਿਆ ਵੀ ਜੇ ਖਤਮ ਹੋ ਗਈ ਤਾਂ ਅਸੀਂ ਪੈਸੇ ਦਿਸਾਂਗੇ, ਜ਼ਿੰਮੇਦਾਰ ਹਾਂ ਜੇ ਅਗਰ ਇਹ ਬਚ ਗਈ ਨਾ ਤਾਂ ਮੁੜੇ ਪੈਸੇ ਜਿਹੜੇ ਅਸੀਂ ਤੁਹਾਡੇ ਦਵਾਈਆਂ ਦੇ ਲੈਣੇ ਨੇ ਉਹ ਅਸੀਂ ਲੈ ਲਿਸਾਂਗੇ। ਅਸਿਸਟੈਂਟ ਡਾਇਰੈਕਟਰ ਜ਼ਰਾਤ ਮੁੰਤਜ਼ਿਰ ਮਹਿਦੀ ਸਾਹਿਬ ਸੇ ਕਿ ਇਹ ਕਿਆ ਕਹਿੰਗੇ ਇਸ ਫਸਲ ਕੇ ਹਵਾਲੇ ਸੇ। ਜੀ ਬਿਲਕੁਲ, ਅਭੀ ਹਮੇਂ ਆਜ ਹੀ ਇਸ ਹਵਾਲੇ ਸੇ ਜੋ ਹੈ ਰਿਪੋਰਟ ਮੌਸੂਲ ਹੋਈ ਕਿ ਜੋ ਹੈ ਨਾ ਇਹ ਯਹਾਂ ਪੇ ਫਸਲ ਜੋ ਹੈ ਉਸਕਾ ਨੁਕਸਾਨ ਹੁਆ ਹੈ ਤੋ ਹਮਨੇ ਫੌਰਨ ਜੋ ਹੈ ਵੋ ਫੀਲਡ ਕਾ ਵਿਜ਼ਿਟ ਕੀਆ। ਹਾਂ, ਇਹ ਹਮੇਂ ਸਭ ਕੋ ਨਜ਼ਰ ਆ ਰਹਾ ਹੈ ਕਿ ਇਹ ਯਾਨੀ ਕਿ ਕੁਛ ਬਰਨਿੰਗ ਕਿਸੀ ਹਵਾਲੇ ਸੇ ਹੋਈ ਹੈ ਜਿਸ ਵਜ੍ਹਾ ਸੇ ਜੋ ਫਸਲ ਹੈ ਉਸਕਾ ਜੋ ਯਹਾਂ ਪੇ ਕਾਫੀ ਨੁਕਸਾਨ ਹੁਆ ਹੈ। ਕੋ ਦੇਖ ਰਹੇ ਹੈ ਪੌਦੇ ਕੋ ਇਸਕੋ ਸਟ੍ਰੈਸ ਆਇਆ ਹੈ, ਇਹ ਸਟ੍ਰੈਸ ਕੀ ਵਜ੍ਹਾ ਸੇ ਇਸਕੀ ਗਰੋਥ ਰੁਕ ਗਈ ਹੈ ਔਰ ਇਹ ਪੌਦਾ ਜੋ ਹੈ ਇਹ ਸਿੱਟਾ ਵੀ ਨਹੀਂ ਲੈ ਸਕਾ। ਜਹਾਂ ਪੇ ਸਪਰੇ ਮੈਨ ਨੇ ਥੋੜਾ ਸਾ ਡੋਜ਼ ਕਮ ਕੀਆ ਹੈ, ਵਹਾਂ ਕੇ ਆਪ ਮੇਰਾ ਕੈਮਰਾ ਮੈਨ ਆਪਕੋ ਪੌਦੇ ਦਿਖਾ ਸਕਤਾ ਹੈ ਕਿ ਵਹਾਂ ਪੇ ਪੌਦਾ ਬਿਲਕੁਲ ਮੁਕੰਮਲ ਹੈ। ਸਟ੍ਰੈਸ ਮੇਂ ਵੋ ਵੀ ਹੈ ਲੇਕਿਨ ਮੁਕੰਮਲ ਤੌਰ ਪਰ ਨਹੀਂ ਹੈ ਕਿ ਵੋ ਕੁਛ ਗਰੋਥ ਵੀ ਉਸਨੇ ਕੀ ਹੈ, ਉਸਕੇ ਉੱਪਰ ਸਿੱਟਾ ਵੀ ਲਗਾ ਹੈ ਔਰ ਉਸਕੇ ਇਲਾਵਾ ਜਹਾਂ ਪੇ ਸਪਰੇ ਕੀ ਡੋਜ਼ ਜ਼ਿਆਦਾ ਆਈ ਹੈ ਵਹਾਂ ਪੇ ਇਹ ਪੌਦਾ ਬਿਲਕੁਲ ਗਰੋਥ ਕਰਨਾ ਰੁਕ ਗਿਆ ਔਰ ਵੋ ਜਲ ਕਰ ਰਾਖ ਹੋ ਚੁੱਕਾ ਹੈ। ਜੀ ਮਜ਼ੀਦ ਦੇਖਤੇ ਰਹੀਏਗਾ ਗ੍ਰੇਟ ਨਿਊਜ਼ ਨਵਾਬ ਅਮਜਦ ਅਲੀ, ਡਿਸਟ੍ਰਿਕਟ ਰਿਪੋਰਟਰ ਚਨੇਉਟ।